ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਸਰਕਾਰ ਦੇ ਕੋਲ ਖੋਲਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦੋ ਪੁਲਿਸ ਮੁਲਾਜ਼ਮ ਹੈਰੋਇਨ ਪੀ ਰਹੇ ਨੇ। ਹੈਰੋਇਨ ਪੀਣ ਦੀ ਵੀਡੀਓ ਜਦੋਂ ਤੇਜ਼ੀ ਨਾਲ ਵਾਇਰਲ ਹੋਈ ਤਾਂ ਇਹ ਸਵਾਲ ਖੜੇ ਹੋਣ ਲੱਗੇ ਕਿ ਜਿਸ ਪੁਲਿਸ ਦਾ ਕੰਮ ਨਸ਼ੇ ਨੇ ਜੜੋਂ ਖਤਮ ਕਰਨ ਦਾ ਹੈ, ਉਹ ਜੇਕਰ ਆਪ ਹੀ ਨਸ਼ੇ ਵਿੱਚ ਹੋਵੇਗੀ ਤਾਂ ਇਸ ਉੱਤੇ ਕਿਸ ਤਰ੍ਹਾਂ ਕਾਬੂ ਪਾਏਗੀ। ਜਾਣਕਾਰੀ ਅਨੁਸਾਰ ਨਸ਼ੇ ਦਾ ਸੇਵਨ ਕਰਨ ਵਾਲੇ ਦੋ ਪੁਲਿਸ ਮੁਲਾਜ਼ਮ ਤਰਨ ਤਾਰਨ ਦੇ ਦੱਸੇ ਜਾ ਰਹੇ ਨੇ, ਜਿਨ੍ਹਾਂ ਵਿੱਚੋਂ ਇੱਕ ASI ਦਰਸ਼ਨ ਸਿੰਘ ਤੇ ਦੂਜਾ ਹੈਡ ਕਾਂਸਟੇਬਲ ਕਹਿਲ ਸਿੰਘ ਹੈ। ਇਹ ਤਸਵੀਰਾਂ ਜੋ ਤੁਸੀਂ ਆਪਣੀ ਟੀਵੀ ਸਕਰੀਨ ਉੱਤੇ ਵੇਖ ਰਹੇ ਹੋ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਸਥਾਨ ਬੇਬੇ ਨਾਨਕੀ ਨਿਵਾਸ ਦੇ ਬਾਹਰ ਦੀਆਂ ਦੱਸੀਆਂ ਜਾ ਰਹੀਆਂ ਨੇ, ਜਿੱਥੇ 14 ਨਵੰਬਰ ਨੂੰ ਇੱਕ ਪਰਿਵਾਰ ਡੇਰਾ ਬਾਬਾ ਨਾਨਕ ਤੋਂ ਮੱਥਾ ਟੇਕਣ ਦੇ ਲਈ ਸੁਲਤਾਨਪੁਰ ਲੋਧੀ ਪਹੁੰਚਿਆ, ਲੇਕਿਨ ਜਦੋਂ ਉਹ ਕਾਰ ਨੂੰ ਬੇਬੇ ਨਾਨਕੀ ਦੇ ਘਰ ਦੇ ਬਾਹਰ ਖੜਾ ਕਰਕੇ ਬੇਰ ਸਾਹਿਬ ਮੱਥਾ ਟੇਕਣ ਲੱਗੇ ਤਾਂ ਵਾਪਸ ਆਉਂਦੇ ਹੀ ਉਹਨਾਂ ਦੀ ਜੈਨ ਮਰੂਤੀ ਕਾਰ ਗਾਇਬ ਸੀ। ਤਸਵੀਰਾਂ ਵਿੱਚ ਵੇਖਣ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਇੱਕ ਨਿਹੰਗ ਸਿੱਖ ਪਹਿਲਾਂ ਇਸ ਕਾਰ ਦੇ ਆਲੇ ਦੁਆਲੇ ਚੱਕਰ ਮਾਰਦਾ ਤੇ ਫਿਰ ਪੂਰੀ ਤਸੱਲੀ ਹੋਣ ਤੋਂ ਬਾਅਦ ਕਾਰ ਚੋਰੀ ਕਰਦਾ। ਇਸ ਦੌਰਾਨ ਇੱਕ ਹੋਰ ਨਿਹੰਗ ਸਿੱਖ ਉਸਨੂੰ ਮਿਲਦਾ। ਇਸ ਤੋਂ ਬਾਅਦ ਸਾਫ਼ ਹੋ ਗਿਆ ਕਿ ਸੁਲਤਾਨਪੁਰ ਲੋਧੀ ਵਿਖੇ ਨਿਹੰਗਾਂ ਦੇ ਪਹਿਰਾਵੇ ਵਿੱਚ ਕਾਰ ਚੋਰ ਗਿਰੋਹ ਕਾਫ਼ੀ ਸਰਗਰਮ ਹੈ। ਜਲੰਧਰ ਦੇ ਪਿੰਡ ਕਾਨਪੁਰ ਤੋਂ ਇੱਕ ਪਿੱਟਬੁਲ ਕੁੱਤੇ ਵੱਲੋਂ ਗੁਆਂਢ 'ਚ ਰਹਿ ਰਹੀ ਔਰਤ ਨੂੰ ਬੁਰੀ ਤਰ੍ਹਾਂ ਵੱਢ ਲੈਣ ਦਾ ਮਸਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਔਰਤ ਮਾਇਆ ਦੇਵੀ ਆਪਣੇ ਘਰ ਦੇ ਨਾਲ ਵਾਲੇ ਖਾਲੀ ਪਲਾਟ 'ਚ ਡਿੱਗੀ ਹੋਈ ਚਾਦਰ ਲੈਣ ਗਈ ਸੀ, ਜਿਸ ਨੂੰ ਪਿੱਟਬੁਲ ਨੇ ਆਪਣਾ ਸ਼ਿਕਾਰ ਬਣਾ ਲਿਆ। ਕੁੱਤੇ ਨੇ ਔਰਤ ਤੇ ਹਮਲਾ ਕਰਦਿਆਂ ਉਸਨੂੰ ਬੁਰੀ ਤਰ੍ਹਾਂ ਨਾਲ ਵੱਢ ਕੇ ਜ਼ਖਮੀ ਕਰ ਦਿੱਤਾ। ਕੁੱਤੇ ਨੇ ਮਾਇਆ ਦੇਵੀ ਦੀਆਂ ਦੋਹਾਂ ਬਾਹਾਂ ਨੂੰ ਵੱਢਦੇ ਹੋਏ ਉਹਨਾਂ ਦੇ ਡੂੰਘੇ ਤੇ ਖੌਫਨਾਕ ਜ਼ਖਮ ਕਰ ਦਿੱਤੇ। ਜ਼ਖਮੀ ਹਾਲਤ 'ਚ ਮਾਇਆ ਦੇਵੀ ਦੇ ਰੋਲਾ ਪਾਉਣ ਤੇ ਸਾਰਾ ਮੁਹੱਲਾ ਇਕੱਠਾ ਹੋ ਗਿਆ ਤੇ ਕੁੱਤੇ ਦਾ ਮਾਲਕ ਵੀ ਆਪਣੇ ਘਰੋਂ ਬਾਹਰ ਭੱਜਿਆ ਆਇਆ, ਜਿਸਨੇ ਮਾਇਆ ਨੂੰ ਕੁੱਤੇ ਦੀ ਜਕੜ ਤੋਂ ਆਜ਼ਾਦ ਕਰਵਾਇਆ। ਬਰਨਾਲਾ ਦੇ ਕਸਬਾ ਪੱਖੋਂ ਕੈਂਚੀਆਂ ਵਿੱਚ ਬੀਤੇ ਦਿਨੀ ਦੇਰ ਸ਼ਾਮ ਇੱਕ ਸੁਨਸਾਨ ਪਏ ਘਰ ਵਿੱਚ ਵਿਅਕਤੀ ਦੀ ਜ਼ਮੀਨ ਵਿੱਚੋਂ ਦੱਬੀ ਹੋਈ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਇਸ ਸੰਬੰਧੀ ਪਿੰਡ ਵਾਸੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਲੱਕੜ ਦੇ ਆਰੇ ਤੇ ਕੁਝ ਵਿਅਕਤੀ ਕੰਮ ਕਰ ਰਹੇ ਸੀ ਜੋ ਇਸ ਪਾਸੇ ਲੱਕੜ ਚੁੱਕਣ ਲਈ ਆਏ ਹੋਏ ਸਨ। ਇਸ ਦੌਰਾਨ ਉਹਨਾਂ ਨੇ ਸੁਨਸਾਨ ਪਏ ਘਰ ਵਿੱਚੋਂ ਕੁੱਤਿਆਂ ਨੂੰ ਬਾਹਰ ਨਿਕਲਦੇ ਵੇਖਿਆ, ਫਿਰ ਉਹਨਾਂ ਨੇ ਖੁਦ ਅੰਦਰ ਜਾ ਕੇ ਵੇਖਿਆ ਤਾਂ ਉੱਥੇ ਇੱਕ ਵਿਅਕਤੀ ਦੀ ਲਾਸ਼ ਜ਼ਮੀਨ ਵਿੱਚ ਦੱਬੀ ਪਈ ਸੀ, ਜਿਸ ਬਾਰੇ ਉਹਨਾਂ ਨੇ ਤੁਰੰਤ ਪਿੰਡ ਦੇ ਸਰਪੰਚ ਤੇ ਪੁਲਿਸ ਨੂੰ ਸੂਚਿਤ ਕੀਤਾ। ਐਤਵਾਰ ਤੜਕੇ ਰੌਣਕ ਬਾਜ਼ਾਰ 'ਚ ਟਿੱਕੀਆਂ ਵਾਲੇ ਚੌਂਕ ਤੇ ਨਗਰ ਨਿਗਮ ਦਾ ਪੀਲਾ ਪੰਜਾ ਚਲਾਇਆ ਗਿਆ ਸੀ। ਨਿਗਮ ਵੱਲੋਂ ਕੀਤੀ ਗਈ ਇਸ ਵੱਡੀ ਕਾਰਵਾਈ ਨੂੰ ਲੈ ਕੇ ਸਾਰੇ ਰੇਹੜੀ ਤੇ ਫੜੀ ਲਾਉਣ ਵਾਲਿਆਂ ਦਾ ਨੁਕਸਾਨ ਹੋਇਆ, ਜਿਸ ਦੇ ਵਿਰੋਧ 'ਚ ਦੁਕਾਨਦਾਰਾਂ ਨੇ ਅੱਜ ਪ੍ਰਦਰਸ਼ਨ ਕਰਦੇ ਹੋਏ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ। ਧਰਨਾ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਇੱਥੇ 1972 ਤੋਂ ਆਪਣੀਆਂ ਰੇਹੜੀਆਂ ਲਗਾ ਰਹੇ ਨੇ ਤੇ ਅਚਾਨਕ ਹਾਈਕੋਰਟ ਦੇ ਨਿਰਦੇਸ਼ਾਂ ਤੇ ਅਮਲ ਕਰਦੇ ਹੋਏ ਉਹਨਾਂ ਦੀਆਂ ਦੁਕਾਨਾਂ ਤੋੜੀਆਂ ਗਈਆਂ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਕੋਈ ਨੋਟਿਸ ਨਹੀਂ ਦਿੱਤਾ ਗਿਆ। ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਨੂੰ ਲੈ ਕੇ ਮਚਿਆ ਬਵਾਲ ਹੁਣ ਖਤਮ ਹੋ ਗਿਆ। ਜਗਮੇਲ ਦੇ ਪਰਿਵਾਰ ਤੇ ਪੰਜਾਬ ਸਰਕਾਰ ਵਿੱਚ ਸਮਝੌਤਾ ਹੋ ਗਿਆ। ਇਸ ਦੀ ਜਾਣਕਾਰੀ ਸਮਝੌਤੇ ਤੋਂ ਬਾਅਦ ਕੀਤੀ ਗਈ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਤੇ ਵਿਜੇਂਦਰ ਸਿੰਗਲਾ ਨੇ ਦਿੱਤੀ। ਉਹਨਾਂ ਨੇ ਕਿਹਾ ਕਿ ਲਿਖਤੀ ਸਮਝੌਤੇ ਅਨੁਸਾਰ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਪੀੜਿਤ ਪਰਿਵਾਰ ਨੂੰ ਸਰਕਾਰ 20 ਲੱਖ ਰੁਪਏ ਮੁਆਵਜ਼ਾ ਦੇਵੇਗੀ। ਇਸ ਦੇ ਨਾਲ ਹੀ ਉਸਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮੁਆਵਜ਼ੇ ਦੀ ਰਾਸ਼ੀ 'ਚੋਂ 6 ਲੱਖ ਰੁਪਏ ਪੋਸਟਮਾਰਟਮ ਵਾਲੇ ਦਿਨ ਤੇ ਬਾਕੀ ਦੇ 14 ਲੱਖ ਜਗਮੇਲ ਦੇ ਭੋਗ ਦੇ ਦਿੱਤੇ ਜਾਣਗੇ। ਚੈਸ ਖਿਡਾਰਨ ਮਲਿਕਾ ਹਾਂਡਾ ਨੂੰ 3 ਦਸੰਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕਰਨਗੇ। ਉਹਨਾਂ ਨੂੰ ਬੈਸਟ ਸਪੋਰਟਸਮੈਨ ਇਨ ਡਿਸੇਬਿਲਿਟੀ ਕੈਟੇਗਰੀ ਵਿੱਚ ਚੁਣਿਆ ਗਿਆ। ਮਲਿਕਾ ਨੇ ਪਿਛਲੇ ਸਾਲ ਚੈਸ ਵਿੱਚ ਇੰਗਲੈਂਡ ਦੇ ਮੈਨਚੈਸਟਰ ਸ਼ਹਿਰ 'ਚ ICCB ਦੀ ਓਲੰਪੀਆਡ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਸੀ।
ਦੱਸ ਦਈਏ ਕਿ ਉਹ 8 ਵਾਰ ਨੈਸ਼ਨਲ ਚੈਂਪੀਅਨ ਰਹਿ ਚੁੱਕੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਕੈਨੇਡਾ ਤੋਂ ਪੰਜਾਬ ਦੇ ਸੁਲਤਾਨਪੁਰ ਲੋਧੀ ਦੀ ਅੰਤਰਰਾਸ਼ਟਰੀ ਯਾਤਰਾ ਲਈ ਚੱਲੇ ਸਿੱਖ 17 ਨਵੰਬਰ ਨੂੰ ਅੰਮ੍ਰਿਤਸਰ ਪਹੁੰਚੇ, ਜਿਨ੍ਹਾਂ ਦਾ ਸਵਾਗਤ ਕਰਨ ਲਈ SGPC ਦੇ ਮੈਨੇਜਰ ਰੂਪੇ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨੇ ਬੱਸ 'ਚ ਸਵਾਰ ਸਿੱਖ ਸ਼ਰਧਾਲੂਆਂ ਨੂੰ ਸਨਮਾਨਿਤ ਕੀਤਾ। ਮੈਨੇਜਰ ਰੂਬੀ ਨੇ ਦੱਸਿਆ ਕਿ ਗੁਰਚਰਨ ਸਿੰਘ, ਜੋ ਕਿ ਕੈਨੇਡਾ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼ਾਂਤੀ ਦਾ ਸੰਦੇਸ਼ ਲੈ ਕੇ ਹੋਏ ਹਨ। ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਮਹਿਲਾ ਡਾਕਟਰ ਨਾਲ ਵਿਭਾਗ ਦੇ ਮੁਖੀ ਵੱਲੋਂ ਕਥਿਤ ਕੀਤੀ ਗਈ ਸੈਕਸੁਅਲ ਹਰਾਸਮੈਂਟ ਦੀ ਪੀੜਿਤ ਡਾਕਟਰ ਨੇ ਸ਼ਿਕਾਇਤ ਕੀਤੇ ਜਾਣ ਦੇ ਕਰੀਬ 2.5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਤੇ ਬਣੀ ਐਕਸ਼ਨ ਕਮੇਟੀ ਵੱਲੋਂ ਪੀੜਿਤ ਮਹਿਲਾ ਡਾਕਟਰ ਨੂੰ ਇਨਸਾਫ਼ ਦਿਵਾਉਣ ਲਈ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਜਾਂਦੇ ਰਸਤੇ ਵਿੱਚ ਅੱਜ ਤੀਜੇ ਦਿਨ ਵੀ ਧਰਨਾ ਲਗਾਤਾਰ ਜਾਰੀ ਰਿਹਾ ਤੇ ਐਕਸ਼ਨ ਕਮੇਟੀ ਵੱਲੋਂ ਮੀਟਿੰਗ ਕਰ ਧਰਨਾ ਉਸੇ ਰੂਪ ਵਿੱਚ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਗਿਆ। 26 ਨਵੰਬਰ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਵੱਡੇ ਪੱਧਰ ਤੇ ਘਿਰਾਓ ਕਰਨ ਦਾ ਵੀ ਐਲਾਨ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਦੁਨੀਆ ਨੇ ਬੜੀ ਸ਼ਰਧਾ ਤੇ ਉਲਾਸ ਨਾਲ ਮਨਾਇਆ। ਇਸ ਨਾਲ ਸੰਬੰਧਿਤ ਹੀ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਡਾਕਟਰ ਸਈਦ ਹਸਨ ਅਬਾਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਉਰਦੂ ਵਿੱਚ PhD ਕਰਕੇ ਸਿੱਖ ਭਾਈਚਾਰੇ ਦਾ ਦਿਲ ਜਿੱਤ ਲਿਆ। ਜੀ ਹਾਂ, ਡਾਕਟਰ ਅਬਾਸ ਨੇ 5 ਸਾਲ ਦੇ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਉੱਤੇ PhD ਕੀਤੀ ਤੇ ਉਹਨਾਂ ਨੇ ਇਹ PhD ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੈ, ਜਿਸ ਉੱਤੇ ਅੱਜ ਪਟਿਆਲਾ ਦੇ ਦੁਖ ਨਿਵਾਰਨ ਸਾਹਿਬ ਵਿਖੇ ਡਾਕਟਰ ਸਈਦ ਅਬਾਸ ਦਾ ਸਨਮਾਨ। ਕੀ ਦੇਖ ਰਹੇ ਹੋ ਪਟਿਆਲਾ TV? ਪਟਿਆਲਾ TV ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ TV। ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ। ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ISO ਪ੍ਰਮਾਣਿਤ ਪੰਜਾਬ ਦਾ ਨੰਬਰ 1 ਇੰਸਟੀਚਿਊਟ। ਜੀ ਹਾਂ, ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦਾ ਸਨਮਾਨਣਾ ਚਾਹੁੰਦੇ ਹੋ ਤਾਂ ਇੱਕ ਵਾਰ ਸਾਡੇ ਇੰਸਟੀਚਿਊਟ ਆ ਕੇ ਜ਼ਰੂਰ ਮਿਲੋ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਨੀਅਰ ਸ਼ਿਵ ਮੰਦਿਰ, ਪਟਿਆਲਾ, ਪੰਜਾਬ। ਫੋਨ 0175-23-51-810, ਮੋਬਾਇਲ 93-561-2507, 90-567-90-02, ਵੈਬਸਾਈਟ www.gurunanakinstitute.com।